जी आज जिवें हुणे आपां पहलां गल कीती मिनीमम वेज वाली ते सैलरी वाली गल, जिहड़ी सैलरी है ना ओह मिनीमम वेज तों घट नहीं हो सकदी। सैलरी तुसीं तां देनी आ जे मिनीमम वेज तों वध देने पैसे, तुसीं चलो ओके पुके कर लो इन्ने। पर जिहड़ा बंदा जिवें रेस्टोरेंट वर्कर आ ओह तुसीं अपना रेंट कट सकदे, जिहड़ा घर दे विच तुहाडा ढैण नूं घर दे विच रख्या हुंदा है ना ओह कट लो, ओह वी तुहाडी पे ही है इक हिसाब नाल। पर जे उवें कोई सैलरी आ जिहड़ी ट्रकां दे मीलां कन्वर्ट करदे आ, वी सैलरी आ, इहनूं कन्वर्ट कर लो, जे मिनीमम वेज तों घट बणदी आ ते तुसीं मंग सकदे आ पैसे। ਕਿਤੇ ਵੀ ਤੁਹਾਨੂੰ ਮਹੀਨੇ ਦੇ ਪੱਕੇ ਪੈਸੇ ਮਿਲ ਰਹੇ ਆ ਜਾਂ ਘੰਟਿਆਂ ਦੇ ਪੈਸੇ ਨਹੀਂ ਮਿਲ ਰਹੇ, ਜਿਵੇਂ ਕੈਲੀਫੋਰਨੀਆ ਦੇ ਚੋ ਗਏ $13 ਆ ਘੰਟੇ ਦੇ, ਤੁਸੀਂ ਕਨਵਰਟ ਕਰ ਲੈਣਾ। ਦੋ ਤਰ੍ਹਾਂ ਕਰਨੇ ਇਹ ਕਨਵਰ ਗਿਣਤੀ ਕਰਨੀ ਆ, ਜਿੰਨੇ ਤੁਹਾਨੂੰ ਘੰਟੇ ਕੰਮ ਕਰਦੇ ਆ ਨਾ, ਜਿਹੜੇ 8 ਘੰਟੇ ਕੰਮ ਕੀਤੇ, 40 ਘੰਟੇ ਤੋਂ ਵੱਧ ਆ ਜਿਹੜਾ ਕੰਮ ਤੁਹਾਡਾ ਉਹ ਅਲੱਗ ਵਾ ਰੇਟ, ਅਤੇ ਜਿਹੜਾ 40 ਤੋਂ ਪਹਿਲਾਂ ਵਾ ਉਹ ਵੱਧ ਅਲੱਗ ਆ। 40 ਤੋਂ ਘੱਟ ਜਿਹੜਾ ਆ ਕਿ ਹਫ਼ਤੇ ਦਾ ਕੰਮ ਆ ਜਿਹੜਾ ਉਹਨੂੰ ਤੁਸੀਂ 13 ਨਾਲ ਗੁਣਾ ਕਰ ਲੈਣਾ, ਅਤੇ ਉਹ ਜਿਹੜੇ ਉੱਪਰ ਵਾਲੇ ਆ ਉਹ ਤੁਸੀਂ ਡੇਢੇ ਕਰ ਲੈਣੇ ਆ, ਅਤੇ ਜਿਹੜੇ 60 ਤੋਂ ਉੱਪਰ ਆ ਉਹ ਡਬਲ ਕਰ ਲੈਣੇ। ਜੇ ਤੁਹਾਡੀ ਸੈਲਰੀ ਵੀ ਪੱਕਾ ਰੇਟ ਆ ਜਿਹੜਾ ਮਹੀਨੇ ਦਾ ਉਹਦੇ ਘੰਟਿਆਂ ਦੀ ਪ੍ਰਾਈਸ ਤੋਂ ਘੱਟ ਆ, ਉਹਨੂੰ ਦੇਣੇ ਪੈਣਗੇ ਤੁਹਾਡੇ ਬੰਦੇ ਨੂੰ। ਜੇ ਪਹਿਲਾਂ ਨਹੀਂ ਦਿੱਤੇ 4 ਸਾਲ ਪਿੱਛੇ ਤੱਕ ਦਊਗਾ ਤੁਹਾਨੂੰ ਪੈਸੇ, ਨਾਲ ਫਾਈਨ ਵੀ ਦਊਗਾ। ਅਤੇ ਇਸ ਕਰਕੇ ਸੈਲਰੀ ਦੇ ਵਿੱਚ ਘੱਟ ਪੈਸਿਆਂ 'ਚ ਨਾ ਕਰ, ਤੁਸੀਂ ਆਪਣੀ ਗੱਲ ਕਰ ਲਿਆ ਕਰੋ ਵੀ ਹਾਂਜੀ ਘੱਟ ਆ। ਅਤੇ ਇਹਦੇ 'ਚ ਲੀਗਲ ਅਲੀਗਲ ਬੰਦੇ ਦਾ ਕੋਈ ਮਤਲਬ ਨਹੀਂ, ਲੇਬਰ ਡਿਪਾਰਟਮੈਂਟ ਨੂੰ ਕੋਈ ਮਤਲਬ ਨਹੀਂ ਗਾ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਕਿ ਨਹੀਂ ਹੈਗਾ। ਅਤੇ ਹਾਂ ਇਹਦੇ ਬੇਸ 'ਤੇ ਤੁਹਾਨੂੰ ਪੇਪਰ ਮਿਲ ਸਕਦੇ ਹੋਰ ਪੰਗਾ ਪਾ ਕੇ, ਠੀਕ ਹੈ ਨਾ, ਯੂ ਵੀਜ਼ਾ ਐਵੇਂ ਦੀਆਂ ਕੰਮਾਂ ਵਾਸਤੇ ਹੀ ਆ। ਅਤੇ ਜੇ ਤੁਹਾਨੂੰ ਕੋਈ ਪੈਸੇ ਘੱਟ ਦੇ ਰਿਹਾ ਵਾ ਘੰਟਿਆਂ ਦੇ ਜਾਂ ਸੈਲਰੀ ਦੇ ਰਿਹਾ ਆ, ਤੁਸੀਂ ਉਹਦੇ ਕੋਲ ਪੈਸੇ ਮੰਗ ਸਕਦੇ ਹੋ, ਅਤੇ ਨਾਲ ਯੂ ਵੀਜ਼ੇ ਦੇ ਵਿੱਚ ਪੇਪਰ ਵੀ ਲੈ ਸਕਦੇ ਹੋ। ਅਤੇ ਤੁਸੀਂ ਆਪਣੇ ਲਾਇਰ ਨਾਲ ਵੀ ਗੱਲ ਕਰਕੇ ਕਰੋ ਵੀ ਕਿਵੇਂ ਕਰਨਾ ਇਹ, ਅਤੇ ਜਿਹੜੇ ਸੈਲਰੀ ਦੇ ਵਿੱਚ ਘੰਟੇ ਕਨਵਰਟ ਕਰਕੇ ਕਾਊਂਟ ਕਰੋ, ਘੱਟ ਆ ਤੁਹਾਨੂੰ ਕਹੋ ਵੀ ਨਹੀਂ ਦੇ ਸਕਦਾ ਤੂੰ, ਅਤੇ ਬਾਕੀ ਆਪਣੇ ਜਿਵੇਂ ਤੁਹਾਡਾ ਚੱਲਦਾ ਉਹ ਚਲਾਓ ਕੰਮ, ਹੈ ਨਾ। ਬਟ ਕਿਸੇ ਨੂੰ ਫਾਇਦਾ ਨਾ ਚੱਕਣ ਦਿਓ, ਤੁਸੀਂ ਜੇ ਤੁਹਾਨੂੰ ਬੈਨੀਫਿਟ ਹੈਗਾ ਚਲੋ ਆਲ ਵੈਲ ਆ, ਹੈ ਨਾ, ਅਤੇ ਜੇ ਨਹੀਂ ਗਾ ਤਾਂ ਹਾਂਜੀ ਤਾਂ ਵੀ ਮੇਰਾ ਚੱਲ ਰਿਹਾ ਕੋਈ ਗੱਲ ਨਹੀਂ ਫਿਰ ਠੀਕ ਆ, ਪਰ ਤੁਹਾਨੂੰ ਲੱਗਦਾ ਵਾ ਧੋਖਾ ਹੋ ਰਿਹਾ ਆ ਫਿਰ ਤੁਸੀਂ ਜ਼ਰੂਰ ਆਵਾਜ਼ ਉਠਾਓ, ਅਤੇ ਐਵੇਂ ਕਿਸੇ ਨੂੰ ਧੋਖਾ ਨਾ ਕਰਨ ਦਿਓ। ਸੈਲਰੀ ਦਾ ਮਤਲਬ ਇਹ ਨਹੀਂ ਗਾ ਵੀ ਤੁਸੀਂ ਹਾਂਜੀ ਕਹਿਤਾ ਵੀ ਹਾਂ ਮੈਂ 2000 ਹੀ ਦੇਣਾ ਵਾ ਕੋਈ ਗੱਲ ਨਹੀਂ, ਪੁੱਕਾ ਪੁੱਕਾ ਤਾਂ 15-15 ਘੰਟੇ ਲਵਾਈ ਚਲੋ, ਨੋ, ਉਹਦਾ ਮਤਲਬ ਆ ਵੀ ਤੁਹਾਡੇ ਮਿਨੀਮਮ ਵੇਜ ਤੋਂ ਵੱਧ ਚਾਹੀਦੇ ਆ। ਜੇ ਐਵੇਂ 2000 ਪੱਕਾ ਦਿੰਦਾ ਵਾ ਤੁਹਾਨੂੰ ਘੰਟੇ ਗਿਣੋ, ਆਪਣੇ 40 ਜਿਹੜੇ ਵੀਕ ਦੇ ਘੰਟੇ ਉਹਨਾਂ ਨੂੰ ਨੋਰਮਲ ਰੇਟ ਨਾਲ ਗੁਣਾ ਕਰੋ, ਜਿਹੜੀ ਮਿਨੀਮਮ ਵੇਜ ਆ ਅਤੇ ਉੱਤੇ ਵਾਲੇ ਡੇਢੇ, ਅਤੇ 60 ਤੋਂ ਉੱਪਰ ਵਾਲੇ ਡਬਲ, ਅਤੇ ਵੇਖੋ ਵੀ ਤੁਹਾਡੇ ਜ਼ਿਆਦਾ ਆ ਕਿ ਘੱਟ ਆ। ਜੇ ਘੱਟ ਆ ਤਾਂ ਉਹਦੇ ਕੋਲੋਂ ਪੈਸੇ ਮੰਗੋ। ਥੈਂਕ ਯੂ।